ਸਤਨਾਮ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲੈ ਬੁਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜੀ ਕਛ ਕਹੀ ਨ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਅਬ ਗੁਰੂ ਰਾਮਦਾਸ ਕੋ ਮਿਲੀ ਬੜਾਈ ਸੱਜਣ ਸੱਚਾ ਪਾਤ ਸਾਹ ਫਿਰ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੰਹਾਰ ਇਹੋ ਬਿਸਰਾਮ ਨਿੱਧ ਪਾਈ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੰਹਾਰ ਇਹੋ ਬਿਸਰਾਮ ਨਿੱਧ ਪਾਈ ਤੁਮ ਕਰਹੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਤੁਮ ਕਰਹੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਸਤਸੰਗੀ ਜਣੂ ਜੀ, ਇੱਕ ਵਾਰੀ ਹੋਰ ਕਿਰਪਾ ਕਰੋ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਅੱਜ ਦਾ ਪਾਵਨ ਮੁੱਖ ਵਾਕ ਸਾਨੂੰ ਬਖਸ਼ਿਸ਼ ਹੋਇਆ ਹੈ, ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪਾਂ ਸਰਵਣ ਕੀਤਾ ਹੈ। ਗੁਰੂ ਜੀ ਦਾ ਓਟ ਆਸਰਾ ਲੈਣ ਵਾਸਤੇ, ਗੁਰੂ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ। ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਕਿਰਪਾ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਜੀ, ਪਹਿਲੀ ਪੰਕਤੀ ਤੋਂ ਪਾਵਨ ਮੁੱਖ ਵਾਕ ਸ਼ੁਰੂ ਕਰਨਗੇ ਜੀ। ਹਾਂਜੀ। ਪਾਣੀ ਪੱਖਾ ਪੀਸੋ ਸੰਤ ਆਗਾ, ਗੁਣ ਗੋਬਿੰਦ ਜਸ ਗਾਈ। ਰਾਗ ਤਨਾਸਰੀ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਪਾਵਨ ਮੁੱਖ ਵਾਕ ਹੈ। ਸਾਧ ਸੰਗਤ, ਸਿੱਖ ਧਰਮ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਦੋ ਗੱਲਾਂ ਦਾ ਬਾਰ ਬਾਰ ਜ਼ਿਕਰ ਕੀਤਾ ਗਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ। ਇੱਕ ਸੇਵਾ ਅਤੇ ਦੂਜਾ ਸਿਮਰਨ। ਵਿਦਵਾਨ ਸੱਜਣ ਤੇ ਇਹ ਵੀ ਕਹਿੰਦੇ ਨੇ ਸਿੱਖ ਧਰਮ ਦੇ ਦੋ ਥੰਮ ਨੇ, ਇੱਕ ਸੇਵਾ ਅਤੇ ਸਿਮਰਨ। ਅੱਜ ਵੀ ਆਕਾਸ਼ ਵਿੱਚ ਝਾਤੀ ਮਾਰ ਕੇ ਦੇਖ ਲਓ, ਕਿਸੇ ਰਾਜੇ ਦਾ, ਕਿਸੇ ਮਹਾਰਾਜੇ ਦਾ ਨਾਮੋ ਨਿਸ਼ਾਨ ਨਹੀਂ ਮਿਲਦਾ। ਪੁਰਾਤਨ ਮਾਵਾਂ ਕਹਿੰਦੀਆਂ ਹੁੰਦੀਆਂ ਸਨ ਬੱਚਿਆਂ ਨੂੰ, ਪੁੱਤਰ ਆਓ ਦੇਖੋ ਧਰੂ ਤਾਰਾ, ਕਿਤੇ ਕਹਿਣਾ ਪੁੱਤਰ ਆਓ ਦੇਖੋ ਸਰਵਣ ਦੀ ਵਹਿੰਗੀ। ਅਤੇ ਬੱਚਿਆਂ ਨੇ ਪੁੱਛਣਾ ਵੀ ਮਾਂ ਜੀ ਇਹ ਧਰੂ ਕੌਣ ਸੀ, ਇਹ ਸਰਵਣ ਕੌਣ ਸੀ। ਅਤੇ ਬਜ਼ੁਰਗ ਮਾਤਾਵਾਂ ਨੇ ਜਵਾਬ ਦੇਣਾ, ਪੁੱਤਰ ਇਹ ਜਿਹੜਾ ਧਰੂ ਸੀ ਇਹਨੇ ਸਿਮਰਨ ਕੀਤਾ ਸੀ ਅਤੇ ਸਰਵਣ ਨੇ ਸੇਵਾ ਕੀਤੀ ਸੀ। ਆਕਾਸ਼ ਵਿੱਚ ਅੱਜ ਵੀ ਜਾਂ ਇੱਥੇ ਸੇਵਾ ਵਾਲਿਆਂ ਦਾ ਨਿਸ਼ਾਨ ਬਾਕੀ ਹੈ ਜਾਂ ਇੱਥੇ ਸਿਮਰਨ ਵਾਲਿਆਂ ਦਾ ਨਿਸ਼ਾਨ ਬਾਕੀ ਹੈ। ਬਾਕੀ ਤੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਸਾਧ ਸੰਗਤ, ਸਿੱਖ ਰਹਿਤ ਮਰਿਆਦਾ ਦੋ ਤਰ੍ਹਾਂ ਦੀ ਰਹਿਤ ਲਿਖੀ ਹੈ, ਇੱਕ ਸਖਸ਼ੀ ਅਤੇ ਦੂਸਰੀ ਪੰਥਕ ਰਹਿਣੀ। ਔਰ ਜਿਹੜੀ ਸੇਵਾ ਹੈ ਇਹ ਸਖਸ਼ੀ ਰਹਿਣੀ ਵਿੱਚ ਵੀ ਸ਼ਾਮਲ ਹੈ ਅਤੇ ਪੰਥਕ ਰਹਿਣੀ ਵਿੱਚ ਵੀ ਸ਼ਾਮਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਅਸੀਂ 550 ਸਾਲਾ ਪ੍ਰਕਾਸ਼ ਦਿਹਾੜਾ ਅਗਲੇ ਸਾਲ ਮਨਾ ਰਹੇ ਹਾਂ ਔਰ ਉਹ ਸਮਾਗਮ ਆਰੰਭ ਹਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈ ਹੈ,
ਤਾਂ ਡਰ ਗਏ ਬੈਸਨ ਪਾਈਏ। ਦੁਨੀਆ ਵਿੱਚ ਸੇਵਾ ਕਮਾਈਏ, ਸੇਵਾ ਕਰੀਏ, ਤਾਂ ਮੇਰੇ ਰੱਬ ਦੇ ਘਰ ਵਿੱਚ ਬੈਠਣ ਨੂੰ ਥਾਂ ਮਿਲਦਾ ਹੈ। ਸਾਧ ਸੰਗਤ, ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜਾਂ ਉਹਨਾਂ ਤੋਂ ਬਾਅਦ ਵਿੱਚ ਬਾਕੀ ਗੁਰੂ ਸਾਹਿਬਾਨ ਜਦੋਂ ਕਿਸੇ ਦੀ ਪਰਖ ਕਰਦੇ ਸੀ ਗੁਰਤਾ ਗੱਦੀ ਦੇਣ ਵਾਸਤੇ, ਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਰੀਤ ਚਲਾਈ ਔਰ ਸੇਵਾ ਦੀ ਪਰਖ ਹੀ ਕਰਦੇ ਹੁੰਦੇ ਸਨ। ਇੱਕ ਗੱਲ ਚੇਤੇ ਰੱਖਣੀ ਸਾਧ ਸੰਗਤ, ਆਪ ਸਿਆਣੇ ਸਤਸੰਗੀ ਬੈਠੇ ਹੋ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੂੜਕਾਣੇ ਵਿੱਚ ਭੁੱਖਿਆਂ ਨੂੰ, ਲੋੜਵੰਦਾਂ ਨੂੰ ਜਿਹੜਾ ਲੰਗਰ ਛਕਾਇਆ, ਉਹਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੱਚੇ ਸੌਦੇ ਦਾ ਨਾਮ ਦਿੱਤਾ। ਗੁਰੂ ਜੀ ਦੇ ਕਹਿਣ ਤੋਂ ਭਾਵ ਸੀ ਜੇ ਕੋ ਸੱਚਾ ਸੌਦਾ ਹੈ ਇੱਥੋਂ ਨਿਭਣ ਵਾਲਾ, ਤੇ ਜਾਂ ਉਹ ਸੇਵਾ ਤੇ ਜਾਂ ਸਿਮਰਨ ਹੈ, ਪਹਿਲਾਂ ਜਿਹੜਾ ਲੋੜਵੰਦਾਂ ਦੀ ਖਾਤਰ ਹਜ਼ੂਰ ਨੇ ਲੰਗਰ ਲਾਇਆ ਉਹਨੂੰ ਸੱਚੇ ਸੌਦੇ ਦਾ ਨਾਮ ਦਿੱਤਾ। ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਨ ਤੋਂ ਪਹਿਲਾਂ ਜਿਹੜੀਆਂ ਪਰਖਾਂ ਕੀਤੀਆਂ ਉਹ ਵੀ ਸੇਵਾ ਦੇ ਸੰਬੰਧ ਵਿੱਚ ਹੀ ਕੀਤੀਆਂ। ਗੁਰੂ ਕੇ ਸਾਖੀ ਚ ਲਿਖਿਆ, ਮੈਂ ਚੇਤਾ ਹੀ ਕਰਾਉਣਾ ਚਾਹੁੰਦਾ, ਕਈ ਦਿਨ ਝੜੀ ਲੱਗੀ ਰਹੀ, ਸਰਦੀਆਂ ਦੀ ਰਾਤ, ਸਰਦੀਆਂ ਦੀ ਬਹਾਰ, ਕਈ ਦਿਨ ਝੜੀ ਲੱਗੀ ਰਹੀ, ਅੱਧੀ ਰਾਤ ਦਾ ਸਮਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਲਹਿਣਾ ਜੀ ਨੂੰ ਹਿਲਾ ਕੇ ਕਹਿੰਦੇ ਨੇ, ਭਾਈ ਲਹਿਣਿਆ, ਧਰਮਸ਼ਾਲਾ ਦੀ ਕੰਧ ਡਿੱਗ ਪਈ ਹੈ, ਮਿੱਟੀ ਗਿੱਲੀ ਕਰ ਤੇ ਕੰਧ ਕੱਢ। ਭਾਈ ਲਹਿਣਾ ਜੀ ਕਹਿੰਦੇ ਨੇ, ਮਹਾਰਾਜ ਜੀ ਸਤ ਬਚਨ, ਸਰਦੀਆਂ ਦੀ ਰਾਤ, ਅੱਧੀ ਰਾਤ, ਕਿਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਲੈਣਿਆ, ਜਾ ਰਾਵੀ ਦਰਿਆ ਤੋਂ ਕੱਪੜੇ ਧੋ ਕੇ ਲਿਆ। ਭਾਈ ਲੈਣਾ ਜੀ ਕਹਿੰਦੇ, ਮਹਾਰਾਜ ਜੀ ਸਤ ਬਚਨ, ਕਿਤੇ ਹਜ਼ੂਰ ਕਹਿੰਦੇ ਨੇ, ਭਾਈ ਲੈਣਿਆ, ਆਹ ਮੇਰਾ ਪਿਆਲਾ ਚਿੱਕੜ ਦੇ ਟੋਏ ਵਿੱਚ ਡਿੱਗ ਪਿਆ ਹੈ, ਭਾਈ ਲੈਣਿਆ ਚਿੱਕੜ ਵਿੱਚੋਂ ਪਿਆਲਾ ਕੱਢ। ਭਾਈ ਲਹਿਣਾ ਜੀ ਆਪਣੇ ਬਸਤਰ ਨਹੀਂ ਵੇਖਦੇ, ਚਿੱਕੜ ਵਿੱਚ ਛਾਲ ਮਾਰ ਕੇ ਪਿਆਲਾ ਕੱਢ ਕੇ ਕਹਿੰਦੇ, ਮਹਾਰਾਜ ਆ ਲਓ। ਤੇ ਜਦੋਂ ਹੁਕਮ ਕੀਤਾ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਲਹਿਣਾ ਜੀ ਕਹਿੰਦੇ ਨੇ, ਮਹਾਰਾਜ ਜੀ ਸਤ ਬਚਨ। ਸਾਧ ਸੰਗਤ, ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਨੇ ਜਿੰਨੀਆਂ ਵੀ ਪਰਖਾਂ ਕੀਤੀਆਂ ਉਹ ਸੇਵਾ ਵਿੱਚ ਹੀ ਕੀਤੀਆਂ। ਇੱਕ ਮੈਂ ਆਪ ਨੂੰ ਭੱਟ ਸਾਹਿਬਾਨਾਂ ਦਾ ਸ਼ਬਦ ਚੇਤੇ ਕਰਾਉਣਾ ਚਾਹੁੰਦਾ ਗੁਰੂ ਦੀ ਕਿਰਪਾ ਨਾਲ। ਭੱਟ ਜੀ ਕਹਿੰਦੇ ਨੇ, ਗੁਰ ਜਗਤ ਫੇਰਨ ਸ਼ੀਹ ਅੰਗਰ। ਭਾਈ ਲਹਿਣਾ ਜਗਤ ਦਾ ਗੁਰੂ ਹੈ, ਗੁਰ ਜਗਤ ਫੇਰਨ ਸ਼ੀਹ, ਭਾਈ ਲਹਿਣਾ ਜਗਤ ਦਾ ਗੁਰੂ ਹੈ ਤੇ ਆਪਣੇ ਬਾਬੇ ਫੇਰੂ ਦਾ, ਆਪਣੇ ਬਾਪੂ ਫੇਰੂ ਸ਼ਾਹ ਦਾ ਸ਼ੇਰ ਪੁੱਤਰ ਹੈ। ਸ਼ੇਰ ਪੁੱਤਰ ਕਿਉਂ ਆਖਿਆ ਗਿਆ? ਜਿਹੜਾ ਵੀ ਹੁਕਮ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਭਾਈ ਲੈਣਾ ਕਹਿੰਦਾ, ਮਹਾਰਾਜ ਜੀ ਸਤ ਬਚਨ। ਸਾਧ ਸੰਗਤ, ਇਸੇ ਕਰਕੇ ਇਤਿਹਾਸ ਵਿੱਚ ਆਇਆ ਵੀ ਸਿੱਖ ਹੋਵੇ ਤੇ ਭਾਈ ਲਹਿਣਾ ਜੀ ਵਰਗਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਦੂਸਰੇ ਗੁਰੂ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ 11 ਸਾਲ ਬਿਆਸ ਦਰਿਆ ਤੋਂ ਪਾਣੀ ਲਿਆ ਕੇ, ਜਲ ਲਿਆ ਕੇ ਇਸ਼ਨਾਨ ਦੀ ਸੇਵਾ ਕਰਵਾਈ। ਪਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਤਿਗੁਰੂ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਈ। ਗੁਰੂ ਦੀ ਸੇਵਾ ਕਰਨੀ ਹੋਏ ਆਪਣਾ ਆਪ ਮਾਰਨਾ ਪੈਂਦਾ ਹੈ,
अपना सिर देना पैंदा है। और गुरु अमरदास महाराज ते कहंदे ने जिहड़ा सेवक है इहदा सिदक हाथी वर्गा चाहीदा है, सारा दिन अपने मालक दीआं चोटां खांदा रहिंदा ते मालक दी सेवा च हाजिर रहिंदा है। इह जिहड़ा लोहार हुंदा है इहदे कोल इक ऐरन हुंदी है जिहदे ते सारा दिन तत्ता लोहा रख रख के सट्टा मरवाउंदा ते मारदा रहिंदा है। ते गरीब नवाज सतगुरु सच्चे पातशाह महाराज गुरु अमरदास जी कहंदे ने सेवक दा सिदक हाथी वर्गा ते ऐरन वर्गा चाहिदा है। हसती सिर जो अंकश है ऐरन ज्यों सिर दे, मन तन आगे रख कै ऊ भी सेव करे। साध संग धन श्री गुरु रामदास महाराज गुरु बन तो पहला ते टोकरी की सेवा करते रहे गोइंदवाल साहब, और 40 साल की उम्र विच गरीब नवाज धन गुरु रामदास महाराज नू गुरता गद्दी प्राप्त होई। और इतिहास कहिंदा है जदों सरोवर गुरु रामदास महाराज जी ने तैयार करवाया ते सारा सारा दिन इत्थे टोकरी की सेवा करते रहे गुरु बन तो बाद। साध संगत खिमा करनी, मैं कई बारी सोचता हाँ भी इत्थे मुगलां ने एक बारी नहीं कई बारी गुरु रामदास जी दे सरोवर नूं पूरिया, पर जेड़े साडे पुरातन सिंह सन जदों उन्हां दा जोर पैंदा जंगलां पहाड़ां मारू थालां चों निकल के आण के सरोवर नूं फिर खाली कर लैंदे। और उन्हां साडे वड्डियां दे मन विच ये गल हुंदी सी भी इस सरोवर विच इस सरोवर नूं तैयार कर लग्गिआं साडे धन गुरु रामदास महाराज ने आप सिर ते टोकरी ढोई है, दुनिया तो मर जावांगे पर इस सरोवर नूं पूर नहीं दिआंगे। साध संगत आकार सेवा होई कई वारी गुरु रामदास महाराज दे सरोवर दी, और जेड़े श्रोमणी कमेटी दे प्रधान साहब सन उन्होंने ये गल मीडिया च आखी भी कई महीनों की सेवा कुछ घंटिया विच ही समाप्त हो गई। सिख इस करके गुरु रामदास दे घर विच टोकरी ढोंदा है इस करके हत्थां दे नाल करोड़ां पति ते अरबां पति भी कार सेवा करते ने। वो कहिंदे ने भी इत्थे साडे धन गुरु रामदास महाराज आप टोकरी ढोंदे रहे। साध संगत गुरु अर्जन देव महाराज सच्चे पातशाह ने अज दा पावन शब्द सेवा अते सिमरन दे प्रथाए उचारण कीता है। भाई वीर सिंह जी कहिंदे ने एक वारी गुरु अर्जन साहब महाराज ने बहुत वड्डा समागम करवाया, बाबा बुढ़ा साहब जी बैठे सन, भाई गुरदास साहब जी बैठे सन, सब सेवावां वंड दित्तियां, जंगल विच्चों बालण लियाउण दी सेवा वंड दित्ती, चक्कियां पीण दी सेवा वंड दित्ती, आटा गुणन दी सेवा वंड दित्ती, चुल्हे बालण दी सेवा वंड दित्ती, लंगर वरताउण ते पकाउण दी सेवा वंड दित्ती। एक सेवा रह गई, बाबा बुढ़ा साहब जी बड़े प्यार नाल आखण लगे महाराज सारियां सेवावां तुसी वंड दित्तियां ने पर एक सेवा तुसी किसे दी भी नहीं लाई। महाराज कहिंदे ओ केड़ी सेवा है? धन श्री गुरु अर्जन साहब महाराज नूं बाबा बुढ़ा जी कहण लगे महाराज भांडे मांजण दी सेवा तुसी किसे नूं भी नहीं दित्ती। ते गुरु अर्जन देव महाराज सच्चे पातशाह कहण लगे बाबा बुढ़ा साहब जी वो सेवा मैं अपने जोगी रख ली है। गुरु नानक साहब जी दे घर विच सेवा नूं ही प्रधानगी है। ते धन श्री गुरु अर्जन देव महाराज सच्चे पातशाह अज दे पावन शब्द विच यही बख्शिश करदे ने। हजूर कहंदे ने पाणी पक्खा पीसो संत आगे, मैं प्रभु दे प्यारियां दी सेवा विच पानी दी सेवा करदा, पखे दी सेवा करदा, चक्की पीण दी सेवा करदा। साध संग भाई गुरदास साहब जी दा एक पावन बचन है,
ਭਾਈ ਸਾਹਿਬ ਕਹਿੰਦੇ ਨੇ ਹੱਥ ਤੇ ਮਨਮੁੱਖਾਂ ਦੇ ਵੀ ਹੁੰਦੇ ਨੇ, ਪਰ ਹੱਥ ਗੁਰਮੁਖਾਂ ਦੇ ਵੀ ਹੁੰਦੇ ਨੇ, ਪਰ ਮਨਮੁੱਖਾਂ ਦੇ ਹੱਥ ਸਫਲ ਨਹੀਂ ਹੁੰਦੇ, ਗੁਰਮੁਖਾਂ ਦੇ ਹੱਥ ਸਫਲ ਹੁੰਦੇ ਨੇ। ਫਿਰ ਭਾਈ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਹੱਥ ਸਕਥ ਹਨ, ਸਾਧ ਸੰਗਤ ਗੁਰ ਕਾਰ ਕਮਾਵੇ। ਗੁਰਮੁਖਾਂ ਦੇ ਹੱਥ ਇਸ ਕਰਕੇ ਸਫਲ ਨੇ ਵੀ ਇਹ ਸਤ ਸੰਗਤ ਵਿੱਚ ਆਣ ਕੇ ਹੱਥਾਂ ਨਾਲ ਸੇਵਾ ਕਰਦੇ ਨੇ। ਪਾਣੀ ਪੱਖਾ ਪੀਹਣਾ, ਪੈਰ ਧੋਏ ਚਰਨਾ ਮ੍ਰਿਤ ਪਾਵੇ। ਭਾਈ ਸਾਹਿਬ ਕਹਿੰਦੇ ਨੇ ਇਹ ਗੁਰਮੁਖ ਹੱਥਾਂ ਨਾਲ ਪਾਣੀ ਢੋਂਦਾ ਹੈ, ਪੱਖਾ ਚੱਲਦਾ ਹੈ, ਚੱਕੀ ਪੀਂਦਾ ਹੈ। ਮੈਂ ਇੱਕ ਬੇਨਤੀ ਕਰਾਂਗਾ ਗੁਰੂ ਦੀ ਕਿਰਪਾ ਨਾਲ ਸਾਧ ਸੰਗਤ, ਆਹ ਜਿਹੜਾ ਬਿਜਲੀ ਦਾ ਯੁੱਗ ਹੈ ਇਹਨੇ ਸਵਾਰਿਆ ਵੀ ਬਹੁਤ ਕੁਝ ਹੈ, ਪਰ ਮੁਆਫ ਕਰਨਾ ਇਸ ਵਿਗਿਆਨਕ ਯੁੱਗ ਨੇ ਸਾਡੇ ਕੋਲ ਖੋਇਆ ਵੀ ਬੜਾ ਕੁਝ ਹੈ। ਸਾਡੇ ਕੋਲੋਂ ਪਾਣੀ ਢੋਣ ਦੀ ਸੇਵਾ ਖੋਹ ਲਈ, ਪੱਖੇ ਦੀ ਸੇਵਾ ਖੋਹ ਲਈ, ਅੱਗ ਬਾਲਣ ਦੀ ਸੇਵਾ ਖੋਹ ਲਈ, ਸਫਾਈ ਕਰਨ ਦੀ ਸੇਵਾ ਖੋਹ ਲਈ। ਮੈਂ ਤੇ ਇਹ ਬੇਨਤੀ ਕਰਦਾ ਹੁੰਦਾ ਵੀ ਜਿਹੜੀ ਸੇਵਾ ਬਚੀ ਹੈ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਉਹ ਬਖਸ਼ੀ ਰੱਖਣ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੇ। ਗੁਰਮੁਖ ਦੇ ਹੱਥ ਇਸ ਕਰਕੇ ਸਫਲ ਨੇ ਵੀ ਗੁਰਬਾਣੀ ਦੀਆਂ ਪੋਥੀਆਂ ਲਿਖਦਾ, ਇਹ ਅਰਬਾਬ ਵਜਾਉਂਦਾ, ਇਹ ਤਬਲਾ ਵਜਾਉਂਦਾ, ਮਿਰਦੰਗ ਵਜਾਉਂਦਾ। ਭਾਈ ਸਾਹਿਬ ਕਹਿੰਦੇ ਨੇ ਨਮਸਕਾਰ ਡੰਡੋਤ ਕਰ, ਗੁਰ ਭਾਈ ਗਲ ਮਿਲ ਗਲ ਲਾਵੇ। ਜਦੋਂ ਸਿੱਖ ਗੁਰਦੁਆਰੇ ਜਾਂਦਾ ਹੈ ਤੇ ਦੋਵੇਂ ਹੱਥ ਧਰਤੀ ਤੇ ਲਾ ਕੇ ਗੁਰੂ ਸਾਹਿਬ ਜੀ ਨੂੰ ਡੰਡਾਉਤ ਨਮਸਕਾਰ ਕਰਦਾ ਤੇ ਗੁਰ ਭਾਈਆਂ ਨੂੰ ਗਲੇ ਲਾ ਕੇ ਮਿਲਦਾ। ਗੁਰਸਿੱਖ ਦੇ ਹੱਥ ਇਸ ਕਰਕੇ ਸਫਲ ਨੇ। ਭਾਈ ਸਾਹਿਬ ਕਹਿੰਦੇ ਨੇ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਇਹ ਹੱਥਾਂ ਨਾਲ ਦਸਾਂ ਨੌਵਾਂ ਦੀ ਕਿਰਤ ਕਰਦਾ ਤੇ ਆਪਣੇ ਹੱਥ ਦੇ ਨਾਲ ਇਹ ਕਿਸੇ ਦਾ ਹਿੱਸਾ ਵਡਾਉਂਦਾ, ਭਾਵ ਕਿ ਗਰੀਬਾਂ ਲੋੜਵੰਦਾਂ ਦੀ, ਜ਼ਰੂਰਤਮੰਦਾਂ ਦੀ ਸੇਵਾ ਕਰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਪੰਕਤੀ ਵਿੱਚ ਸਾਨੂੰ ਸੇਵਾ ਦੇ ਪਰਥਾਏ। ਹਜ਼ੂਰ ਕਹਿੰਦੇ ਨੇ ਮੈਂ ਪ੍ਰਭੂ ਦੇ ਪਿਆਰਿਆਂ ਦੀ ਸੇਵਾ 'ਚ ਪਾਣੀ ਦੀ ਸੇਵਾ, ਪੱਖੇ ਦੀ ਸੇਵਾ, ਆਟਾ ਪੀਣ ਦੀ ਸੇਵਾ ਕਰਦਾ। ਗੁਣ ਗੋਬਿੰਦ ਜਸ ਗਾਈ ਗਾਈ। ਮਹਾਰਾਜ ਕਹਿੰਦੇ ਨੇ ਮੈਂ ਪ੍ਰਭੂ ਦੇ ਪਿਆਰਿਆਂ ਦੇ ਸੇਵਾ ਵੀ ਕਰਦਾ ਹਾਂ ਤੇ ਗੁਰੂ ਅੱਗੇ ਅਰਦਾਸ ਕਰਦਾ, ਹੇ ਮੇਰੇ ਪ੍ਰਭੂ, ਹੇ ਮੇਰੇ ਪਰਮੇਸ਼ਰ, ਮੈਂ ਤੇਰਾ ਸਿਵ ਸਲਾਹ ਦੇ ਗੀਤ ਤੇਰੇ ਗੁਣ ਗਾਉਂਦਾ ਰਹਾਂ। ਸਾਸ ਸਾਸ ਮਨ ਨਾਮ ਸਮਾਰ। ਮਹਾਰਾਜ ਕਹਿੰਦੇ ਨੇ ਅਰਦਾਸ ਕਰਦੇ ਨੇ ਹੇ ਮੇਰੇ ਪ੍ਰਭੂ, ਮੈਂ ਸਵਾਸ ਸਵਾਸ ਤੇਰਾ ਨਾਮ ਸਿਮਰਦਾ ਰਹਾਂ, ਮੇਰਾ ਮਨ ਤੇਰਾ ਸਵਾਸ ਸਵਾਸ ਨਾਮ ਸਿਮਰਦਾ ਰਹੇ। ਸਾਧ ਸੰਗਤ ਤੇ ਇੱਕ ਪੰਕਤੀ ਆਉਂਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ। ਭਾਈ ਮਰਦਾਨਾ ਜੀ ਨੇ ਇੱਕ ਦਿਨ ਇਕੱਲੇ ਬੈਠਿਆਂ ਪੁੱਛਿਆ, ਹੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਹੇ ਮੇਰੇ ਗੁਰੂ ਬਾਬਾ, ਬੜੇ ਧਿਆਨ ਨਾਲ ਸੁਣ। ਮਹਾਰਾਜ, ਦੁਨੀਆਂ ਦੇ ਹਰ ਬੰਦੇ ਨੂੰ ਕੋਈ ਨਾ ਕੋਈ ਭੁੱਖ ਹੈ, ਕਿਸੇ ਨੂੰ ਧਨ ਦੀ ਭੁੱਖ, ਦੌਲਤ ਦੀ, ਸੰਤਾਨ ਦੀ, ਮਾਣ ਦੀ, ਇੱਜ਼ਤ ਦੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ, ਦੁਨੀਆਂ ਦੇ ਹਰ ਬੰਦੇ ਨੂੰ ਕੋਈ ਨਾ ਕੋਈ ਭੁੱਖ ਹੁੰਦੀ ਹੈ, ਵਾਹਿਗੁਰੂ ਦੇ ਪਿਆਰਿਆਂ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ ਵੀ ਕੋਈ ਭੁੱਖ ਹੁੰਦੀ ਕਿ ਨਹੀਂ ਹੁੰਦੀ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਮਰਦਾਨਿਆਂ, ਦੁਨੀਆਂ ਨੂੰ ਵੀ ਭੁੱਖ ਹੈ, ਪ੍ਰਭੂ ਦੇ ਪਿਆਰਿਆਂ ਨੂੰ ਵੀ ਭੁੱਖ ਹੈ। ਭਾਈ ਮਰਦਾਨਾ ਹੈਰਾਨ ਹੋ ਕੇ ਕਹਿੰਦਾ, ਮਹਾਰਾਜ, ਭਗਤਾਂ ਨੂੰ ਵੀ ਕੋਈ ਭੁੱਖ ਹੈ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਾਈ ਮਰਦਾਨਿਆਂ, ਪ੍ਰਭੂ ਦੇ ਪਿਆਰਿਆਂ ਨੂੰ ਵੀ ਬੜੀ ਇੱਕ ਭੁੱਖ ਹੈ। ਮਹਾਰਾਜ, ਉਹ ਕਾਹਦੀ ਭੁੱਖ ਹੈ? ਭਗਤਾਂ ਨੂੰ ਕਾਹਦੀ ਭੁੱਖ ਹੈ? ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਨਾਨਕ, ਭਗਤਾਂ ਭੁੱਖ ਸਲਾਹਣ। ਭਾਈ ਮਰਦਾਨਿਆਂ, ਨਾਨਕ, ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਭਗਤਾਂ ਨੂੰ ਪ੍ਰਭੂ ਦੇ ਗੁਣ ਗਾਉਣ ਦੀ ਭੁੱਖ ਲੱਗੀ ਹੋਈ ਹੈ, ਪ੍ਰਭੂ ਦੇ ਭਗਤਾਂ ਨੂੰ ਉਹਦੀ ਸਿਵ ਸਲਾਹ ਕਰਨ ਦੀ ਭੁੱਖ ਲੱਗੀ ਹੋਈ ਹੈ। ਨਾਨਕ, ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ।
क्योंकि वाहेगुरु का नाम ही उन्हां दी जिंदगी का आसरा हुंदा है। ते भाई साहब भाई मरदाना जी ने एक बारी पुछया, भाई संतोख सिंह जी कहिंदे ने, बड़े ध्यान नाल सुनना, भाई मरदाना जी बड़े प्यार नाल कहिंदे ने, बाबा तू दिन रात उहदे गुण गाउंदा रहिंदा, दिन रात उहदे गुण गाउंदा रहिंदा, बाबा तू उहदे गुण गा गा के रजदा नहीं। ते श्री गुरु नानक पातशाह महाराज बड़े प्यार नाल कहिंदे ने, भाई मरदानिया तू मेरे नाल जंगल भी देखे ने, तू मेरे नाल मारूथल भी वेखे ने, तू मेरे नाल जाके समुंदर भी देखे ने। महाराज कहिंदे ने, भाई मरदानिया जे मारूथल दा इलाका होवे, रेतला इलाका होवे, जिन्ना मर्जी मीह वर जाए, जिन्ना मर्जी मीह वर जाए, भाई मरदानिया मारूथल दी धरती पानी नाल रज जांदी है। भाई मरदाना कहिंदा, बाबा मारूथल दी धरती ते पानी नाल नहीं रजदी। महाराज कहिंदे ने, भाई मरदानिया अग बलदी होवे, उहदे च बालण सुट्टी जाओ, बालण सुट्टी जाओ कि अग दी भुख मिट जांदी है। भाई मरदाना जी कहिंदे ने, बाबा अग दी भुख ते नहीं मिटदी। हजूर कहिंदे ने, सारा जंगल साड़ के सुआह कर दे अग, फिर अग रज जांदी। महाराज अग ते कदे नहीं रजदी। फिर गुरु नानक पातशाह महाराज कहिंदे ने, भाई मरदानिया कोई राजा उन्हें राज कीता होवे, 10 साल 50 साल राज कीता होवे, कोई राजा देखिया भी जिहदी राज कर करके भुख उतर जाए। भाई मरदाना जी कहिंदे ने, बाबा किसी राजे की राज करके भुख नहीं उतरती, वह तो मरदा मरदा भी होर राज भाग दियां अरजोइयां करदा है। गुरु नानक पातशाह महाराज कहिंदे ने, भाई मरदानिया जे समुंदर विच हजारां नदियां डिगदियां ने कि समुंदर पानी नाल रज जांदा है? भाई मरदाना कहिंदा, बाबा समुंदर ते पानी नाल नहीं रजदा। ते गुरु नानक पातशाह महाराज फिर कहिंदे ने, भाई मरदानिया रबाब छेड़ बाणी आई है। फिर भाई मरदाना जी ने रबाब छेड़ी, ते गुरु नानक पातशाह जी ने एक फिर सलोक उचारण किया, पावन पवित्र शब्द। हजूर कहिंदे ने, मारू मीना त्रिपतिया अग्गी लह ना भुख। भाई मरदानिया मारूथल कदे पानी नाल नहीं रजदा। अग्गी लह ना भुख, भाई मरदानिया अग बालन दे नाल नहीं रजदी। राजा राज ना त्रिपतिया सैर भरे के सुख। भाई मरदानिया राजा राज करके कदे नहीं रजदा, कदे तृप्त नहीं हुंदा। भाई मरदानिया समुंदर कदे पानी नाल नहीं रजदा, पर यही गल है जे पानी दे नाल समुंदर नहीं रजदा, बाहर जिन्नी मर्जी तपश होवे, उस तपश दा फिर समुंदर ते कोई असर नहीं हुंदा। गुरु नानक पातशाह महाराज कहिंदे ने, अग्गी लह ना भुख। हजूर कहिंदे ने, सच्चे पातशाह महाराज नानक सच्चे नाम की केती पुछां पुछ। महाराज कहिंदे ने, भाई मरदानिया मैनू उहदे नाम दी किन्नी कु भुख लगी हुई है। भाई मरदानिया मैं तैनूं की दसां, एक शब्द आउंदा सोदर दी बाणी च, गुरु नानक पातशाह महाराज कहिंदे ने, भुखां दे सानूं बहुत लगदियां ने, पर जिन्हों एक भुख लग जाए उहदियां सारियां भुखां उतर जांदियां ने। हुण तुहानूं चेता आ गया होएगा आप जी नूं उस पंक्ति दा, साचे नाम की लागै भूख, उत भूख है खाए चली जा हिंदू। महाराज कहिंदे जिन्हों मेरे रब दे नाम की भुख लग जाए उहदियां सारियां भुखां उतर जांदियां ने। ते गरीब नूं आ सतगुरु सच्चे पातशाह महाराज कहिंदे ने, हे मेरे प्रभु कृपा कर, ये मेरा मन तेरा नाम बार बार चेते करदा रहे, बार बार चेते करदा रहे। एहो विश्राम निद पाई। बस ये परमेश्वर दा नाम ही सुखां दा खजाना है, ये मैनू प्राप्त हो जाए। तुम कर हो दया मेरे साई। धन गुरु अर्जन देव जी महाराज कहिंदे ने, हे प्रभु मेरे ते दया करो, खिमा करनी साध संगत। ये गल ते असीं भी कहिंदे आ, महाराज साडे ते दया करो, महाराज साडे ते दया करो, पर दया साडे ते ये करो, खिमा करनी। फिर असीं होर बड़ा कुछ मंगदे आ, मंगण दी मनाही कोई नहीं,
ਪਰ ਹਜ਼ੂਰ ਕਹਿੰਦੇ ਨੇ ਹੇ ਮੇਰੇ ਪ੍ਰਭੂ ਮੇਰੇ ਤੇ ਦਇਆ ਕਰੋ। ਐਸੀ ਮਤ ਦੀਜੈ ਮੇਰੇ ਠਾਕੁਰ, ਮਹਾਰਾਜ ਮੇਰੇ ਤੇ ਇਹ ਦਇਆ ਕਰੋ, ਮੈਨੂੰ ਇਹੋ ਜੀ ਮਤ ਬਖਸ਼ੋ, ਮੈਨੂੰ ਇਹੋ ਜੀ ਮਤ ਬਖਸ਼ੋ। ਸਦਾ ਸਦਾ ਤੁਧ ਧਿਆਈ, ਮਹਾਰਾਜ ਮੈਨੂੰ ਇਹੋ ਜੀ ਮਤ ਬਖਸ਼ੋ, ਮੈਂ ਸਦਾ ਹੀ ਤੈਨੂੰ ਧਿਆਉਂਦਾ ਰਹਾਂ, ਮੈਂ ਸਦਾ ਹੀ ਤੈਨੂੰ ਸਿਮਰਦਾ ਰਹਾਂ। ਸਾਧ ਸੰਗਤ ਇੱਕ ਪੰਕਤੀ ਹੈ, ਸਾਰੇ ਰਲ ਕੇ ਬੋਲੋ। ਕਈ ਵਾਰੀ ਬੰਦਾ ਦੂਜੇ ਦੀ ਗੱਲ ਨਹੀਂ ਸੁਣਦਾ, ਆਪਣੀ ਸੁਣ ਲੈਂਦਾ, ਆਪਣੀ ਬੋਲੀ ਹੋਈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆ ਪਹਿਲਾਂ ਸਾਡੇ ਘਰਾਂ ਚ ਮੰਗਣ ਵਾਲੇ ਆਉਂਦੇ, ਉਹ ਘਰ ਵਾਲੇ ਨੂੰ ਕਹਿੰਦੇ, ਜਜਮਾਨ ਕਹਿ ਕੇ ਆਵਾਜ਼ ਮਾਰਦੇ ਸਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ ਕਰਤੇ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ ਕਰਤਾ। ਇੱਕ ਦੱਖਣਾ ਹੋ ਤੈ ਪੈ ਮੰਗੋ, ਇੱਕ ਦੱਖਣਾ ਹੋ ਤੈ ਪੈ ਮੰਗੋ, ਇੱਕ ਦੱਖਣਾ ਹੋ। ਦੇ ਆਪਣਾ ਨਾਮ ਕਰਤਾ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜਮਾਨ ਕਰਤਾ, ਤੂੰ ਮੇਰਾ ਜਜਮਾਨ, ਤੂੰ ਮੇਰਾ ਜਜ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਦਰ ਦੀ ਬਾਣੀ ਵਿੱਚ ਹਰ ਰੋਜ਼ ਹੀ ਸਾਧ ਸੰਗਤ ਸਿੱਖ ਨੂੰ ਚੇਤਾ ਕਰਾਉਂਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੇਰੇ ਮੀਤ ਗੁਰਦੇਵ। ਸਾਧ ਸੰਗਤ ਗੁਰੂ ਰਾਮਦਾਸ ਜੀ ਦੀ ਬਾਣੀ ਪੜ੍ਹ ਕੇ ਦੇਖੋ, ਗੁਰੂ ਅਮਰਦਾਸ ਜੀ ਨੂੰ ਆਪਣਾ ਮਿੱਤਰ ਕਹਿੰਦੇ ਨੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਗੁਰੂ ਰਾਮਦਾਸ ਕਹਿੰਦੇ ਇਹ ਮੇਰੇ ਬਚਪਨ ਦਾ ਮਿੱਤਰ ਹੈ। ਤੇ ਜਿੱਦਣ ਫਿਰ ਗੁਰਤਾ ਗੱਦੀ ਤੇ ਬੈਠੇ ਗੁਰੂ ਰਾਮਦਾਸ ਮਹਾਰਾਜ, ਹਜ਼ੂਰ ਇੰਨੇ ਵਿਰਾਗੀ ਹੋਏ, ਇੰਨੇ ਵਿਰਾਗੀ ਹੋਏ, ਹਜ਼ੂਰ ਕਹਿੰਦੇ ਨੇ, ਹੇ ਗੁਰੂ ਅਮਰਦਾਸ ਮਹਾਰਾਜ, ਅੱਜ ਮਾਇਆ ਦਾ ਢੇਰ ਲੱਗ ਗਿਆ ਹੈ ਮਹਾਰਾਜ, ਅੱਜ ਦੁਨੀਆਂ ਨੇ ਮੈਨੂੰ ਚੁੱਕ ਚੁੱਕ ਕੇ ਮੱਥੇ ਟੇਕੇ ਹਨ, ਜਗਤ ਚੁੱਕ ਪਿਆ ਹੈ, ਪਰ ਮਹਾਰਾਜ ਤੁਹਾਨੂੰ ਤੇ ਪਤਾ ਹੈ ਨਾ, ਜਿਵੇਂ ਮੈਂ ਤੇਰੇ ਪਿੰਡ ਦੀਆਂ ਗਲੀਆਂ ਚ ਕੱਖਾਂ ਵਾਂਗ ਰੁਲਦਾ ਰਿਹਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਤੇ। ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ, ਸ੍ਰੀ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਉਹਨਾਂ ਆਖਿਆ, ਭਾਈ ਰਾਮਦਾਸ ਕੁਝ ਮੰਗ ਲੈ, ਤੇ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਗੁਰਤਾ ਗੱਦੀ ਤੇ ਬੈਠਣ ਤੋਂ ਬਾਅਦ ਫਿਰ ਦੱਸਿਆ ਵੀ ਮੈਂ ਆਪਣੇ ਗੁਰੂ ਕੋਲੋਂ ਕੀ ਮੰਗਿਆ। ਹਜ਼ੂਰ ਕਹਿੰਦੇ ਨੇ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ। ਸਾਧ ਸੰਗਤ ਮੈਨੂੰ ਗੁਰੂ ਦੀ ਕਿਰਪਾ ਨਾਲ 3 ਕੁ ਮਹੀਨੇ ਸ੍ਰੀ ਮਾਨ ਭਗਤ ਪੂਰਨ ਸਿੰਘ ਹੋਰਾਂ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ 86 ਵਿੱਚ, ਔਰ ਇੱਕ ਦਿਨ ਉਹਨਾਂ ਨੇ ਰਹਿ ਰਾਸ ਸਾਹਿਬ ਦਾ ਪਾਠ ਆਖਣ ਲੱਗੇ, ਰਹਿ ਰਾਸ ਦਾ ਪਾਠ ਬੇੜਾ ਸੁਣਾ। ਜਦੋਂ ਸੋਦਰ ਦਾ ਪਾਠ ਕੀਤਾ, ਜਦੋਂ ਇੱਥੇ ਪੰਕਤੀ ਆਈ, ਮੇਰੇ ਮੀਤ ਗੁਰਦੇਵ, ਭਗਤ ਜੀ ਕਹਿੰਦੇ, ਬੇਟਾ ਫੇਰ ਪੜ੍ਹ, ਪੜ੍ਹੀ ਬੇਟਾ ਫੇਰ ਪੜ੍ਹ। ਮੈਨੂੰ ਯਾਦ ਹੈ ਵੀ 5 ਵਾਰੀ ਭਗਤ ਪੂਰਨ ਸਿੰਘ ਹੋਰਾਂ ਨੇ ਇਹ ਪੰਕਤੀ ਸੁਣੀ ਔਰ ਵਿਰਾਗੀ ਹੋ ਗਏ, ਸਾਧ ਸੰਗਤ ਤੋਂ ਭਗਤ ਸਨ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾ, ਹੇ ਮੇਰੇ ਮਿੱਤਰ ਗੁਰਦੇਵ, ਮੇਰੇ ਅੰਦਰ ਆਪਣੇ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਕਰ ਦਿਓ। ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਇੱਕ ਦਇਆ ਹੋਰ ਕਰੋ, ਆਹ ਜਿਹੜਾ ਮੋਹ ਆਣਾ ਮੇਰੀ, ਇਹਦੇ ਤੋਂ ਖਲਾਸੀ ਹੋ ਜਾਏ। ਬਿਨਸ ਜਾਏ ਭਰਮਾਈ, ਮਹਾਰਾਜ ਕਹਿੰਦੇ ਨੇ, ਮਹਾਰਾਜ ਮੇਰੀ ਭਟਕਣਾ ਦੂਰ ਹੋ ਜਾਏ, ਮੇਰੇ ਅੰਦਰੋਂ ਹੰਕਾਰ ਮੁੱਕ ਜਾਏ, ਮੇਰੇ ਅੰਦਰੋਂ ਮੋਹ ਮੁੱਕ ਜਾਏ।
साध संगत एक मैं बेनती करके फिर अगले पासे अपना विचार सांझे गुरु की कृपा ना समा बड़ा सीमित है। बाबा कबीर जी का एक सलोक है, कबीर साहब कहते हैं कबीर जग बांधो जिह जेवरी इत मत बंधो कबीर। हे कबीर जिहड़ी मोह दी रस्सी नाल यह जगत बजा पिया है उस मोह दी रस्सी नाल तू ना किते बुझ जाए बज जाए। जह आटा लोन ज्यो सोण समान शरीर, बाबा कबीर जी कहते सोने वर्गा शरीर आटे अते लून दे भाव विच विक रहा है केवल मोह करके। भाव के ये शरीर केवल दो पुत्रां तक ही सीमित है, यह शरीर अपने परिवार तो अगे नहीं जाता केवल मोह करके। कबीर साहब कहते ने मोह इनी प्रबल चीज है, कबीर हंस उड्यो तन गाड्यो सो जाई सैना बोलिया नहीं जाता, अंतम सुवासां ते है। हंस उड़ चलिया है शरीर मर चलिया है बोलिया नहीं जाता, पर अपने पुत्रां नूं अजे भी अखां दे इशारियां नाल कुछ समझाउणा चाहुंदा। बाबा कबीर जी कहिंदे ने इस मोह तो मेरे प्रभु बचाओ, महाराज मैनूं इस मोह तो बचाओ। ते गुरु अर्जन साहब जी महाराज कहिंदे ने प्रभु मैनूं इस भटकणा तो बचाओ। हांजी कण रूप रव्यो सब मद्दे जात गत बेखो जाई। वो परमेश्वर जेड़ा आनंद रूप सारे जगत विच व्यापक है, हे प्रभु कृपा करो मेरे अंदर वस दे, जिस पासे मैं देखा मैनू वो प्रभु ही विखाई दे। तुम दयाल कृपाल कृपा निध। धन गुरु अर्जन देव जी महाराज कहते हैं हे प्रभु तू दयालु वे तू कृपालु वे तू दया दा खजाना है। पदत पावन गोसाई। हे मेरे प्रभु तू पापियां नू पवित्र करन वाला है। भगत नाम देव जी कहते ने पतत पावन माधो बिरद तेरा। हे मेरे प्रभु पापियां नू पवित्र करना ये तेरा एक सुभा है। साध संगत गुरु कृपा करे, मैं ते कई बारी गुरु की कृपा नाल बेनती करदा बंदे कोलो एहो जा घटिया काम हो जाए उन्हों परिवार भी दुरकार दिंदा है, उन्हों महल्ले वाले दुरकार दिंदे ने, उन्हों पिंड वाले दुरकार दिंदे ने, उन्हों दुनिया के लोग दुरकार दिंदे ने, जिन्हों कोई दरवाजा ना लंघन दे, जिन्हों कोई ना चले, जिन्हों हर पास फटकारा ही फटकारा पौन। धन गुरु तेग बहादुर साहब कहते ने वे मित्रा हुण ते तैनू कोई भी नहीं झलदा, जा तैनू रब अजे भी उड़ीक रहा है। अज हूं कछ बिगड़ो नहीं जो प्रभु हुण गावे। लोग आंदे ने इहदा रिहा कख नहीं, गुरु तेग बहादुर साहब कहते ने मित्रा रब अजे भी तेन उड़ीक दे, जा उहदे कोल चला जा तेन बख्श देगा, वो पतत पावन है पापियां नूं पवित्र करन वाला है। कोट सुख आनंद राज पाए मुख ते निमुख बुलाई। महाराज कहते ने जद मैं ओदा नाम अपने मुख तो लेंदा हां मैनू करोड़ां राजां दे सुख प्राप्त हो जांदे ने। जाप ताप भगत सा पूरी जो प्रभ कै मन पाई। गुरुदेव कहते ने ओही जाप ओही ताप ओही भगत परवान है जिहड़ी मेरे मालक नूं पा जाए। नाम जपत त्रिशना सब बुझी है। हजूर कहते ने हे भाई परमेश्वर का नाम जप जप के मेरे अंदरों त्रिशना बुझ गई है। साध संगत दुनिया विच कई ओ रोग ने, जदो ओ रोग बंदे नू लग जाए एन बंदे दे सामने मौत खड़ी रहिंदी है। कैंसर हो गया जां होर कई बीमारियां ने की नाम लैणा, जदों बंदे नूं ओह रोग लग जाए हर वेले उहदे मौत सामने खलोती रहिंदी। धन गुरु अमरदास महाराज कहिंदे ने एक ऐसा चंद्रा रोग है जे ओह रोग लग जाए ते मौत भुल जांदी है। सिखां आख्या महाराज ओह किहड़ा रोग है जिहड़ा रोग लग जाए ते मौत भुल जांदी। गुरु अमरदास जी कहिंदे ने इह तिसना वड्डा रोग लगा मरण मनो विसारिया। इह तृष्णा दा वड्डा रोग ऐसा लगा बंदे नूं मौत भुल गई। ते गरीब नूं आ सतगुरु सच्चे पातशाह महाराज कहिंदे ने नानक त्रिवत अगाई। हे नानक परमेश्वर दा नाम जप जप के साडा अंदर हुण त्रिवत हो गया है, असी अपने अंदरों रज गए हाँ। तृष्णा बुझै हर कै नाम, तृष्णा नूं बजाउण वास्ते कोई होर वस्तु नहीं केवल हजूर कहिंदे ने परमेश्वर दा नाम ही है।
लड़ी बार चल रही कथा चो आओ अज का पावन शब्द भाई साहब जी को सरवण करिए जी। सोही महला पहला जप दपका बंद बेड़ोला जित लंगा है वहेला। धन गुरु नानक देव जी महाराज कहते ने इस संसार सागर है एक बेड़े की लोड़ पैनी है। महाराज कहते ने जप ते तप का बेड़ा तैयार कर तू छेती इस संसार सागर तो पार हो जाएगा। ना सरवर ना उछला ऐसा पंथ सोहेला। धन गुरु नानक देव जी महाराज सच्चे पातशाह कहते ने साध संगत इस संसार में एक सागर कहा गया है। दुनिया सागर दुत्तर कही है। सिद्धा ने पूछा महाराज हे नानक जी ये दुनिया एक दुत्तर सागर है जिन्हों तरना बड़ा औखा है इनू किवें पार किया जा सकता है। दुनिया सागर दुत्तर कही है क्यों कर पाई है पारो। ते गुरु नानक साहब जी हस के कहन लगे चरपट जोगी मित्रा पता ते तेनू है भी यदा जवाब की है। आपे आखें आपे समझें तिस क्या उत्तर दी जाए। हजूर कहंदे ने चरपट जोगी कोई बंदा सवाल करदा होवे उनू समझदा भी होवे मैं उनू उत्तर देने की लोड़ नहीं समझदा पर महाराज कहंदे जे तू फिर भी जवाब चाहना साच कहो तुम पार गरामी तुझ क्या बैसन दी जाए। महाराज कहंदे ने फिर भी यदा जवाब है जे रब नू जपोगे संसार सागर तो पार हो जाओगे। महाराज कहंदे सेवा आते सिमरन दा बेड़ा तैयार कर तू संसार सागर तो पार हो जाएगा। तेरा एको नाम मजीठड़ा रत्ता मेरा चोला। महाराज कहंदे ने जे तू इस तरह का बेड़ा तैयार करेगा ना तेरे रस्ते च कोई सागर आएगा ना उछाले मारेगा। फिर महाराज कहंदे मेरे प्रभु तेरा एक नाम ही मजीठ का रंग है। दो रंग होंदे ने एक मजीठ का एक कसुंबे का। साध संगत मजीठ का रंग एक बारी चढ़ जाए दोबारा नहीं उतरदा कसुंबे का रंग पल विच ही उतर जाता है। इसे करके गुरु नानक साहब हजूर कहंदे ने कच्चा रंग कुसुंब का थोड़िया दिन चार जियो। भाई ये दुनिया का रंग माया का रंग चार दिन का परौना है। ये भूपत राणे रंग दिन चार सुहावना। महाराज कहंदे ने इन्हां राजां दी शानो शौत ना देखो इन्हां दे रंग चार दिन के मेहमान हैं। ये माया रंग कुसुंब खिण मैं लै जावना। उहदे नाम नूं मजीठ दा रंग आखिया ते दुनिया दे रंगां नूं महाराज ने कसुंबे दा रंग आख्या। गरीब नवाज कहंदे ने हे मेरे प्रभु तेरा नाम ही मजीठ दा रंग है जिहदे च मेरा आत्म चोला रंगिया गया मैं अपने आप नूं सवार लिया है। साद रंग ढोला ढोला कहंदे ने मित्र नूं हे मेरे प्रभु ये हुण सदा तेरे रंग विच रंगिया रहेगा। रहाओ साजन चले प्यारिया क्यों मिला होई। बड़े ध्यान ने ये पंक्ति सुनी साध संगत। गुरु नानक पातशाह महाराज कहंदे ने ओए जीवन दे सफर च चल रहे पांदी ओए सजना ओए प्यारिया तू तुरिया जा रहा अपने रस्ते दे पर तेनू पता भी रब किवें मिलदा है तेनू पता परमेश्वर किवें मिलदा है। हां जी जे गुण होवै गंठड़िया मिलेगा सोई। महाराज कहने मित्रा याद रखी उन्हों मिलन वास्ते कोई होर तरीका नहीं जेड़ी तेरे कोल गठड़ी है। मुसाफर लोग गठड़ी रखते सी जेड़ी तेरे कोल गठड़ी है जे एदे विच गुण होणगे ते मेरा मालक तेनू आप ही अपने नाल मेल लेगा। मिलिया होए ना विछोड़ा जे मिलिया होई। महाराज कहंदे जेड़ा एक बारी प्रभु नूं मिल पे उहदा फिर दोबारा विछोड़ा नहीं पैंदा पर मन करके मिलिया होए। आवा गाउन निवारिया है सच्चा सोई। वो मेरा प्रभु उहदे आवा गाउन दा गेड़ जन्म मरण दा गेड़ खत्म कर दिंदा है सच्चा सोई। उहनूं हर पासे मेरा रब ही विखाई दिंदा है। होमै मार निवारिया सीता है चोला। जिस बंदे ने अपने अंदर होमै मार लई अपने आप नूं सवार लिया समझ लो भी उहने अपने आप नूं सवार लिया है। गुर बचनी फल पाया सह के अमृत बोला। हजूर कहंदे ने जिहड़े गुरु दे बचना दे तुरदे ने उहनां नूं फिर फल प्राप्त की हुंदा उहनूं फिर परमेश्वर दे अमृत बोल प्राप्त हुंदे ने। नानक कहे सहेली हो सहु खरा प्यारा।
ਬਹਾਦੁਰ ਕਹਿੰਦੇ ਨੇ ਹੇ ਨਾਨਕ ਹੇ ਸਤ ਸੰਗੀ ਸਹੇਲੀ ਉਹ ਮੇਰਾ ਫਿਰ ਰੱਬ ਪਿਆਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਹਮ ਸਹ ਕੇਰੀ ਅਦਾਸੀਆ ਸੱਚਾ ਖਸਮ ਹਮਾਰਾ। ਫਿਰ ਬੰਦੇ ਨੂੰ ਸਮਝ ਆਉਂਦੇ ਵੀ ਅਸੀਂ ਉਹਦੀਆਂ ਗੋਲੀਆਂ ਹਾਂ, ਉਹ ਮੇਰਾ ਮਾਲਕ ਸਦਾ ਰਹਿਣ ਵਾਲਾ। ਇਹਨਾਂ ਕੁ ਸ਼ਬਦ ਕਹਿੰਦਾ ਅਰਦਾਸ ਖਿਮਾ ਦਾ ਜਾ ਚੁੱਕਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੋਰੀ ਹਰਗ੍ਰੰਥ ਸਾਹਿਬ ਸਾਰਿਆਂ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਕਹੈ ਸਹੇਲੀ ਹੋ ਸਹੁ ਖਰਾ ਪਿਆਰਾ, ਹਮ ਸਹਿ ਕੇਰੀ ਅਦਾਸੀਆ ਸੱਚਾ ਖਸਮ ਹਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋੜ